ਨਾਰੇ ਤਕਬੀਰ, ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਨਾਰਾਏ ਹੈਦਰੀ, ਦੁਆਏ ਬੁਲੰਦ ਕਰਕੇ ਨਾਰਾਏ ਹੈਦਰੀ, ਹੁਸੈਨੀਅਤ, ਹੁਸੈਨੀਅਤ, ਯਜ਼ੀਦੀਅਤ, ਯਜ਼ੀਦੀਅਤ, ਅਹਿਲ ਬੈਤ ਦੁਸ਼ਮਣ ਤੇ ਲਾਨਤ, ਬੁਲੰਦ ਤਰ ਸਲਵਾਤ। ਸਭ ਤੋਂ ਪਹਿਲਾਂ ਦੁਆ ਕਰਨਾ ਭੈਣ ਭਰਾ ਤੁਰਾ ਟੁਰਾ ਕਬੂਲ ਮਨਜ਼ੂਰ ਫਰਮਾਵੇ, ਸੱਯਦ ਸਰਦਾਰਾਂ ਦੀ ਪੂੜੀ ਵਿੱਚ ਮੌਲਾ ਆਪਣੀ ਬਾਰ ਗਹਿਜ ਕਬੂਲ ਫਰਮਾਵੇ, ਬੰਦਿਆਂ ਦੇ ਜਿਤਨੇ ਮਰਹੂਮੀਨ ਟੁਰ ਗਏ ਮਾਲਿਕ ਦਰਜਾਤ ਬੁਲੰਦ ਫਰਮਾਵੇ, ਔਰ ਹਰ ਪਾਕ ਮਜਲਿਸ ਵਿੱਚ ਵਾਜਿਬ ਸਮਝ ਕੇ ਦੁਆ ਮੰਗਦਾ ਰਹਿਣਾ, ਅੱਲਾ ਬਵਣ ਅਬਦੀ ਬਹਾਰ ਆਵੇ, ਸੱਯਦ ਵਸ ਪਵਨ ਪਾਕ ਬਾਗ ਮੁਹੰਮਦੀ ਅਤੇ ਬਹਾਰਾਂ ਦੀ ਦੇਖੂੰ, ਸੈਦਾਂ ਦੇ ਵਸਾਵਣ ਅਲਾਵੇ, ਸਦਾਤ ਦੀਆਂ ਖੁਸ਼ੀਆਂ ਦਾ ਮਾਲਿਕ ਆਵੇ, ਵਿਛੋੜੇ ਦੀ ਸੈਣ ਭਰਾ ਦਾ ਪੱਲੂ ਬਧੇ। ਕੋਈ ਜ਼ਿਆਦਾ ਦੇਰ ਨਹੀਂ, ਥੋੜ੍ਹੇ ਟਾਈਮ ਵਿੱਚ ਪੂਰੀ ਡਿਪਟੀ ਦੇਣਾ ਚਾਹੁੰਦਾ। ਮੁਹਿੱਬੋ ਸਖੀ ਸ਼ਬੀਰ ਦਾ ਮਜ਼ਲੂਮ ਨਾਮ ਕਿਉਂ, ਮੁਹਿੱਬੋ ਸਖੀ ਸ਼ਬੀਰ ਦਾ ਮਜ਼ਲੂਮ ਨਾਮ ਕਿਉਂ, ਬੇਕਸ ਅਤੇ ਬੇਨਵਾ ਸਦੇ ਹਰ ਖਾਸ ਆਮ ਕਿਉਂ, ਈ ਸ਼ਹਿਨਸ਼ਾਹ ਤੂੰ ਫਿਰ ਗਈ ਰਈਅਤ ਤਮਾਮ ਕਿਉਂ, ਔਰ ਅਗ ਫਰਮੈਨੇ ਬੇਆਸ ਥੀ ਕਿ ਟੁਰ ਪਿਆ ਵਤਨੂੰ ਇਮਾਮ ਕਿਉਂ, ਔਰ ਅਗ ਫਰਮੈਨੇ ਮਹਰੂਮ ਕਿਉਂ ਵਤਨ ਕਨੂੰ ਸਦਾਤ ਹੋ ਗਈ, ਬਸ ਟੁਰਦੇ ਟੁਰਦੇ ਮੇਰੇ ਮੌਲਾ ਕੂੰ ਅਧ ਰਾਤ ਹੋ ਗਈ, ਬਸ ਟੁਰਦੇ ਟੁਰਦੇ ਮੇਰੇ ਮੌਲਾ ਕੂੰ ਅਧ ਰਾਤ ਹੋ ਗਈ। ਅਗਰ ਰੋ ਪਏ ਤਾਂ ਇੱਕ ਦੋ ਮਿੰਟ ਵੀ ਆਵੇ ਸੁਣੇ ਨਾ, ਬਜ਼ੁਰਗ ਪੜ੍ਹਦੇ ਰਹਿੰਦੇ ਲਿਖ ਗਏ, ਰਾਵੀ ਸ਼ਾਹ ਬੇਕਸਦਾ ਯਾਰ ਕੂਚ ਵਤਨ ਤੂੰ ਥੀਆ, ਕਈਆ ਦਿਨ ਵਕਤ ਹਦੀ ਗਿਰਦਾ ਕਈਆ ਦਿਨ ਦੀ ਲਹਿ ਗਈ ਆ, ਅਤੇ ਇੱਕ ਫਰਮੈਨ ਸੈਯਦ ਮੁਸਾਫਿਰ ਹਰ ਹਿੱਕ ਦੇ ਮੂੰਹ ਦੋ ਭਈਓ ਤੁਰ ਤੁਰ ਦੇਹਦਾਰੀ ਆ, ਇੰਝ ਕਹਿਣੀ ਆਖਿਆ ਟਿਕ ਪੋਸ਼ਾ ਤੋਣੇ ਫਜਰ ਕੋ ਵੰਜੇ ਪੀਆ। ਮੇਰੇ ਸਾਹਮਣੇ ਡਿੱਗ ਸਾਰੇ ਬਜ਼ੁਰਗ ਚਿਹਰੇ ਦਿਸਦੇ ਪੈਣ, ਬਾਬਾ ਦੁਆ ਕਰੇ ਸੋ ਇੱਕ ਮਿੰਟ ਵੀ ਆਵੇ ਸੁਣੇ ਨਾ, ਬਜ਼ੁਰਗ ਪੜ੍ਹਦੇ ਰਹਿੰਦੇ ਨੇ, ਹਿਜਰ ਫਿਰਾਕ ਦੇ ਮਹੰਮਲ ਲੱਦੇ ਅਤੇ ਬਦਲਾਂ ਲਾਈਆਂ ਝਣੀਆਂ, ਹਿਜਰ ਫਿਰਾਕ ਦੇ ਮਹੰਮਲ ਲੱਦੇ ਅਤੇ ਬਦਲਾਂ ਲਾਈਆਂ ਝਣੀਆਂ, ਕੂੰਜਾਂ ਪਹਾੜ ਨਬੂਆ ਦਿਆਂ ਅਤੇ ਪਾਬੰਦ ਅਮਰ ਵਿੱਚ ਖਣੀਆਂ, ਰਗ ਫਰਮੈਨੇ ਹੂਰਾਂ ਆਣ ਸਵਾਰ ਕੀਤਾ ਅਤੇ ਧੀਆਂ ਬਤੂਲ ਦੀਆਂ ਝੜੀਆਂ, ਇੱਥੋਂ ਤੱਕ ਗਈਆਂ ਨਾਲ ਫਿਰਾ ਦੇ ਦੇਖਾਂ ਸਫਰੇ ਕਿਹੜੀਆਂ ਬਣੀਆਂ। ਜੈ ਵੇਲੇ ਮੇਰੇ ਮੌਲਾ ਮਜ਼ਲੂਮ ਕਰਬਲਾ 28 ਰਜਾ ਮਦੀਨੇ ਸ਼ਹਿਰ ਦੇ ਬਾਹਰੋਂ ਖੇਮੇ ਲੈਣ, ਹਿਜਰ ਫਿਰਾਕ ਦੇ ਮਹੰਮਲ ਲੱਦੇ ਅਤੇ ਬਦਲਾਂ ਲਾਈਆਂ ਝਣੀਆਂ, ਕੂੰਜਾਂ ਪਹਾੜ ਨਬੂਆ ਦਿਆਂ ਅਤੇ ਪਾਬੰਦ ਅਮਰ ਵਿੱਚ ਖਣੀਆਂ, ਰਗ ਫਰਮੈਨੇ ਹੂਰਾ ਆਣ ਸਵਾਰ ਕੀਤਾ ਅਤੇ ਧੀਆਂ ਬਤੂਲ ਦੀਆਂ ਝੜੀਆਂ, ਇੱਥੋਂ ਤਾਂ ਗਈਆਂ ਨਾਲ ਫਿਰਾ ਦੇ ਦੇਖਾਂ ਸਫਰੇ ਕਿਹੜੀਆਂ ਬਣੀਆਂ। ਜੈ ਵੇਲੇ ਮੇਰੇ ਇਮਾਮ ਬਾਬਾ ਦੁਆ ਕਰੇ ਸੋ 28 ਰਜਾ ਮਦੀਨੇ ਸ਼ਹਿਰ ਦੇ ਬਾਹਰੋਂ ਖੇਮੇ ਲੈਣ, ਮੇਰੇ ਇਮਾਮ ਮਦੀਨੇ ਸ਼ਹਿਰ ਦੇ ਬਾਹਰੋਂ ਖੜ ਕੇ ਮਦੀਨੇ ਦੋ ਨਿਗਾਹ ਕੀਤੀਏ, ਤਾਂ ਮੇਰੇ ਇਮਾਮ ਕੋ ਹਰ ਘਰ ਚੋ ਚਿਰਾਗ ਬਲਦੇ ਹੋਏ ਨਜ਼ਰ ਆਏ, ਦਰਜਾਤ ਬੁਲੰਦ ਨਾਲ ਅਹਿਮਦ ਬਾਈ ਭੱਟੀ ਸੁਲਤਾਨ ਦੇ, ਉਹ ਪੜਦੇ ਰਹਿੰਦੇ ਦੀ ਵੋ ਲੱਥਾ ਤੇ ਥਈਆਂ ਨਮਾਸ਼ਾਂ ਪਈ ਹਰ ਚੁੱਲ੍ਹੇ ਭਾ ਬੱਲੇ, ਦੀ ਵੋ ਲੱਥਾ ਤੇ ਥਈਆਂ ਨਮਾਸ਼ਾਂ ਪਈ ਹਰ ਚੁੱਲ੍ਹੇ ਭਾ ਬੱਲੇ, ਛੋਟੇ ਛੋਟੇ ਬਾਲ ਮਾਵਾਂ ਦੇ ਬੈਠੇ ਨਾਲ ਮਾਵਾਂ ਦੇ ਰਲੇ, ਤੇ ਫਿਰ ਮੈਨੇ ਦੁਖੀਆਂ ਦੇ ਕੱਲ ਦੁਖੀਆਂ ਕੂ ਜਿਨ੍ਹਾਂ ਹੱਥ ਫਿਰਾਕ ਦੇ ਝੱਲੇ, ਮੈਂ ਸਦਕ ਵਜਾਊਂ ਬੀਬੀ ਤੂੰ ਜਿਹੜੀ ਬੈਠੀ ਹੈ ਘਰ ਵੀ ਇਕੱਲੇ। ਇਰਾਦਾ ਕੁਝ ਹੋ ਰਹੀ, ਇੱਕ ਨੂੰ ਵਹਿਣ ਦਾ ਹੁਕਮ ਹੈ, ਡਾਡਾ ਅਹਿਮਦ ਬਾਈ ਭੱਟੀ ਸੁਲਤਾਨ ਫਰਮਾਵਿਆ, ਅਗਰ ਕੋਈ ਮੋਮਿਨ ਕਾ ਵਹਿਣ ਦਾ ਹੁਕਮ ਕਰੇ ਚਾ ਤਾਂ ਉਹ ਮੋਮਿਨ ਦਾ ਨਾ ਸਮਝਾ ਕਰ, ਜਿਹੜੀ ਸ਼ਾਮ ਦਾ ਪੰਧ ਕਰਕੇ ਆਉਂਦੀ ਹੈ ਨਾ,
ਇਹ ਹੁਕਮ ਉਹਦਾ ਸਮਝਿਆ ਕਰਚਾ ਜਿਹਦੇ ਤਨ ਤੇ ਪਾਕ ਨਾਨਾ ਮੀਂਹ ਦੀਆਂ ਕਣੀ ਬਰਦਾਸ਼ਤ ਨਾ ਕਰਦਾ ਲੱਥਾ ਬੈਠੇ ਤੇ ਆਦਾ ਬੈਠਾ ਲੋਗੋ ਹੁਣ ਮੈਂ ਗਰੀਬ ਹਾਂ ਗੁਰਬਤ ਦਾ ਹੋਕਾ ਜਮਣਾ ਜੋ ਕਹਿ ਪਸੂ ਪੱਥਰ ਹੈ ਕਹਿ ਪਸੂ ਤੀਰ ਹੈ ਮੇਰਾ ਮੌਲਾ ਮਜ਼ਲੂਮ ਕਰਬਲਾ ਜਿਹੜਾ ਔਖਾ ਬੈਠਾ ਇਵੇਂ ਨੌ ਲੱਖ ਦੇ ਪਾਸੇ ਡਿਠੈਸ ਦੇਖ ਕੇ ਜਿਹੜੀ ਗੱਲ ਕੀਤੀ ਸੀ ਕਰਵਟ ਕਰਵਟ ਨਾਲ ਜਨਾ ਨਸੀਬ ਸ਼ਦ ਇਮਾਮ ਅਲੀ ਸ਼ਾਹ ਮਰਹੂਮ ਕੋ ਅਗਰ ਇਜਾਜ਼ਤ ਦਿਓ ਤਾਂ ਪੁਰਾਣੇ ਰੰਗ ਪੁਰਾਣਾ ਮਾਤਮ ਸੁਣਨ ਦਿਲਦਾਰ ਮੁਸਤਫਾ ਨਾ ਪੱਥਰ ਵਸਾ ਹਿਨ ਭੈਣ ਮੈਦਨ ਲਨ ਜਗਲ ਹਿਨ ਭੈਣ ਮੈਦਨ ਲਨ ਜੰਗਲ ਰੁਲਾ ਪਿਆਸੀ ਨਬੀ ਦਿਆ ਲਹਿ ਪਾਣੀ ਪਿਲਾ ਜੈ ਵੇਲੇ ਮੇਰੇ ਮੌਲਾ ਮਲੂ ਮੈਂ ਕਰਬਲਾ ਗੱਲ ਕੀਤੀ ਹੈ ਜੀ ਵੇ ਜੋ ਮੇਰੇ ਸੈਣ ਖੈਮਾ ਦੇ ਦਰ ਤੋਂ ਦੇ ਦੀ ਖੜੀ ਆਈ ਦੇਖ ਕੇ ਫਿਰਾ ਦੇ ਪਾਸੇ ਦੇਖ ਕੇ ਦੇ ਆਖੇ ਤਬੁਰ ਕਪਾ ਕਿਤੇ ਦੇਖੋ ਲਿਆ ਵਜਾ ਆਖੇ ਤਬੁਰ ਕਪਾ ਕਿਤੇ ਦੇਖੋ ਜ਼ਮੀਨ ਹੈ ਚਾਦਰ ਵਿਛਾ ਤੁਸਾਂ ਮਾਮਨਾ ਤੇ ਸਵਾਲ ਕਰਨਾ ਮੇਰੀ ਸੈਨ ਜੋ ਇਹ ਗੱਲ ਕੀਤੀ ਮੇਰੇ ਮਾਮੀ ਕੋਈ ਜਵਾਬ ਦਿੱਤਾ ਜਾਂ ਕੋਈ ਨਾ ਮੇਰੇ ਮਾਂ ਰੁਨਾ ਤੇ ਰੋ ਕੇ ਆਦੇ ਬਹੁ ਔਖੇ ਵੇਲੇ ਮੈਂ ਕੋਈ ਯਾਦ ਕੀਤਾ ਵੋ ਸਲਾਮ ਦੀ ਪਾ ਖਤੇ ਮੈਂ ਦਰ ਖੈਮਾ ਤਿਆਰ ਮੈਂ ਸਗਦਾ ਮੈਂ ਹੋ ਗਿਆ ਭੈਣ ਕਰੇ ਜ਼ਿੰਦਗੀ।